ਪਿੰਡ ਲੱਲੀਆਂ ਖੁਰਦ 'ਚ ਮੁਟਿਆਰਾਂ ਵੱਲੋਂ ਪੀਂਘਾਂ ਝੂਟ ਕੇ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਇਸ ਤਰ੍ਹਾਂ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਿੰਡ ਦੀਆਂ ਮੁਟਿਆਰਾਂ ਦਾ ਕਹਿਣਾ ਹੈ ਕਿ ਇਹ ਤਿਉਹਾਰ ਸਾਨੂੰ ਸਾਡੇ ਵਿਰਸੇ ਦੀ ਯਾਦ ਕਰਵਾਉਂਦਾ ਹੈ। ਰਿਪੋਰਟਰ ਚਰਨਜੀਤ ਜੱਸੜ ਦੀ ਖਾਸ ਰਿਪੋਰਟ ਦੇਖੋ ਇਸ ਵੀਡੀਓ ਵਿੱਚ। ਜੀ ਬਹੁਤ ਵਧੀਆ ਲੱਗਾ ਸਾਡਾ ਸਲਾਨਾ ਜੋੜ ਮੇਲਾ ਦੂਸਰਾ ਮਨਾਇਆ ਜਾ ਰਿਹਾ। ਸਾਰੀ ਸਮੂਹ ਪੰਚਾਇਤ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ, ਸਾਨੂੰ ਬਹੁਤ ਵਧੀਆ ਲੱਗਾ ਅਤੇ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਇੱਦਾਂ ਹੀ ਸਾਰਾ ਨਗਰ ਵੱਧ ਚੜ੍ਹ ਕੇ ਹਿੱਸਾ ਪਾਵੇ, ਵੱਧ ਚੜ੍ਹ ਕੇ ਨਾਲ ਖੜ੍ਹਾ ਹੋਵੇ, ਜੋ ਕਿ ਆਪਣਾ ਸੱਭਿਆਚਾਰ ਅਤੇ ਅਸੀਂ ਪੰਜਾਬੀ ਵਿਰਸਾ ਆਪਣਾ ਯਾਦ ਰੱਖ ਸਕੀਏ, ਜੋ ਸਾਡੀ ਆਉਣ ਵਾਲੀ ਪੀੜ੍ਹੀ ਉਹ ਸਾਡਾ ਪੰਜਾਬੀ ਵਿਰਸਾ ਕਾਇਮ ਰੱਖ ਸਕੀਏ। ਅਸੀਂ ਇਹੀ ਆਸ ਕਰਦੇ ਹਾਂ ਜੋ ਸਾਡੇ ਬੱਚੇ ਮਾਮਾ ਭੈਣਾਂ ਜੋ ਵੀ ਸਾਡੇ ਨਾਲ ਅੱਜ ਖੜ੍ਹੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਮੂਹ ਪੰਚਾਇਤ ਲੱਲੀਆਂ ਖੁਰਦ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਦੇਣਾ ਚਾਹੁੰਗੇ ਸਮਾਜ ਨੂੰ? ਸਮਾਜ ਨੂੰ ਇਹੀ ਕਹਿੰਦੇ ਹਾਂ ਜੀ, ਨਸ਼ਿਆਂ ਤੋਂ ਬਚੋ, ਬਸ ਆਪਣੇ ਬੱਚਿਆਂ ਨੂੰ ਧੀਆਂ ਬਚਾਓ, ਪੜ੍ਹਾਓ ਲਿਖਾਓ, ਧੀਆਂ ਬਚਾਓ। ਦੇਖਿਆ ਜਾਵੇ ਤਾਂ ਪੰਜਾਬ ਦਾ ਜੋ ਵਿਰਸਾ ਇਹ ਅਲੋਪ ਹੋ ਰਿਹਾ। ਅਸੀਂ ਇਹੀ ਤਾਂ ਇਸੇ ਕਰਕੇ ਜੀ ਇਹ ਤੀਆਂ ਮਨਾਈਆਂ, ਇਹ ਤਿਉਹਾਰ ਰੱਖਿਆ ਗਿਆ ਕਿ ਸਾਡਾ ਜੋ ਆਉਣ ਵਾਲਾ ਵਿਰਸਾ ਇਹ ਕਾਇਮ ਰਹੇ, ਜੋ ਸਾਡੇ ਬੱਚੇ ਆ ਇਹਨਾਂ ਨੂੰ ਕੁਛ ਵੀ ਹੈ ਜੋ ਵੀ ਆ ਪਿੱਛੇ ਨਾ ਪੈਣ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਵੀ ਫੰਕਸ਼ਨ ਕੀਤਾ ਗਿਆ, ਬੀਬੀਆਂ ਭੈਣਾਂ ਨੇ ਸਹਿਯੋਗ ਦਿੱਤਾ, ਗਿੱਧਾ ਭੰਗੜਾ ਜੋ ਵੀ ਸਾਰਿਆਂ ਨੇ ਸਹਿਯੋਗ ਦਾ, ਸਾਰੀਆਂ ਝਕੋੜੀਆਂ ਗਾਈਆਂ, ਗਿੱਧਾ ਪਾਇਆ, ਦੁੱਧ ਰੇੜਕਿਆ, ਚਰਖੇ ਕੱਤੇ ਪੱਕੀਆਂ, ਜੋ ਵੀ ਸੀ ਝੂਲੇ ਝੂਲੇ, ਬਹੁਤ ਵਧੀਆ ਲੱਗਾ ਸਾਰਿਆਂ ਨੇ। ਇੱਕ ਜੋ ਬੋਲੀ ਹੁੰਦੀ ਹੈ ਤੁਸੀਂ ਬੋਲੀ ਪਾ ਕੇ ਦੱਸ ਦਿਓ।